ਵਾਰ-ਵਾਰ ਪਿਸ਼ਾਬ ਆਉਣ ਦੀ ਦਿੱਕਤ ਅਸੀਂ ਕਈ ਵਾਰ ਸੁਣੀ ਹੈ। ਖਾਸ ਤੌਰ ਉੱਤੇ ਜੇ ਰਾਤ ਨੂੰ ਵਾਰ-ਵਾਰ ਪਿਸ਼ਾਬ ਕਰਨ ਜਾਣਾ ਪਵੇ ਤਾਂ ਇਸ ਪਿੱਛੇ ਕਿਹੜੇ ਕਾਰਨ ਹੋ ਸਕਦੇ ਨੇ ਅਤੇ ਇਸ ਦਿੱਕਤ ਲਈ ਉਪਾਅ ਕਿਹੜੇ-ਕਿਹੜੇ ਨੇ, ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਦੀ ਕਨਵਰਸੇਸ਼ਨ ਤੋਂ ਐਨਾ ਇਜ਼ਾਬੈਲ ਅਤੇ ਐਂਟੋਨੀਓ ਸੈਂਪੀਟਰੋ ਨੇ। ਰਾਤ ਸਮੇਂ ਵਾਰ-ਵਾਰ ਪਿਸ਼ਾਬ ਲਈ ਜਾਣ ਕਾਰਨ ਨੀਂਦ ਦੋ ਜਾਂ ਇਸ ਤੋਂ ਵੱਧ ਸਮੇਂ ਲਈ ਖੁੱਲ੍ਹ ਜਾਂਦੀ ਹੈ, ਯਾਨੀ ਕਿ ਡਿਸਟਰਬ ਹੁੰਦੀ ਹੈ। ਇਹੀ ਕਾਰਨ ਹੈ ਕਿ ਸਵੇਰੇ ਉੱਠਣ ਵੇਲੇ ਵੀ ਉਹ ਫਰੈਸ਼ ਜਾਂ ਤਰੋਤਾਜ਼ਾ ਮਹਿਸੂਸ ਨਹੀਂ ਕਰਦੇ ਅਤੇ ਥਕਾਵਟ ਦਾ ਅਹਿਸਾਸ ਹੁੰਦਾ ਹੈ। ਪਿਸ਼ਾਬ ਵਾਰ-ਵਾਰ ਆਉਣ ਦੀ ਇਸ ਦਿੱਕਤ ਨੂੰ ਐਡਲਟ ਨੋਕਟੂਰੀਆ ਕਿਹਾ ਜਾਂਦਾ ਹੈ। ਇਹ ਦਿੱਕਤ ਨੀਂਦ ਅਤੇ ਜ਼ਿੰਦਗੀ ਦੀ ਗੁਣਵੱਤਾ ਉੱਤੇ ਅਸਰ ਪਾਉਂਦੀ ਹੈ ਅਤੇ ਉਮਰ ਦੇ ਵਧਣ ਨਾਲ ਇਹ ਦਿੱਕਤ ਆਮ ਹੋ ਜਾਂਦੀ ਹੈ। ਇੱਕ ਅੰਦਾਜ਼ੇ ਮੁਤਾਬਕ 70 ਸਾਲ ਤੋਂ ਵੱਧ ਉਮਰ ਦੇ ਹਰੇਕ 5 ਵਿੱਚੋਂ 3 ਲੋਕ ਇਸ ਦਿੱਕਤ ਤੋਂ ਪੀੜਤ ਨੇ। ਹਾਲਾਂਕਿ ਇਹ ਦਿੱਕਤ ਛੋਟੀ ਉਮਰ ਵਿੱਚ ਵੀ ਹੋ ਸਕਦੀ ਹੈ ਅਤੇ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਪ੍ਰਭਾਵਿਤ ਵੀ ਕਰਦੀ ਹੈ। ਆਓ ਹੁਣ ਜਾਣਦੇ ਹਾਂ ਕਿ ਵਾਰ-ਵਾਰ ਪਿਸ਼ਾਬ ਆਉਣ ਦੇ ਕਾਰਨ ਕੀ ਨੇ। ਨੋਕਟੂਰੀਆ ਦੇ ਮੁੱਖ ਦੋ ਕਾਰਨ ਹੋ ਸਕਦੇ ਨੇ, ਬਲੈਡਰ ਦੀ ਸਮਰੱਥਾ ਵਿੱਚ ਕਮੀ ਜਾਂ ਸਰੀਰ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਪਿਸ਼ਾਬ ਬਣਨਾ, ਜਿਸ ਨੂੰ ਪੋਲੀਯੂਰੀਆ ਕਿਹਾ ਜਾਂਦਾ ਹੈ। ਪਹਿਲੇ ਕੇਸ ਵਿੱਚ ਅਸੀਂ ਸਰੀਰ ਦੇ ਇੱਕ ਅਜਿਹੇ ਅੰਗ ਦੀ ਗੱਲ ਕਰ ਰਹੇ ਹਾਂ ਜਿਸ ਦੀ ਸਮਰੱਥਾ 300 ਤੋਂ 600 ਮਿਲੀਲੀਟਰ ਦੀ ਹੁੰਦੀ ਹੈ ਅਤੇ ਜੇ ਇਸ ਦੀ ਸਮਰੱਥਾ ਵਿੱਚ ਕਮੀ ਆ ਰਹੀ ਹੈ ਤਾਂ ਇਸ ਦੇ ਇਹ ਕਾਰਨ ਹੋ ਸਕਦੇ ਨੇ। ਇਹਨਾਂ ਵਿੱਚ ਮਰਦਾਂ ਵਿੱਚ ਆਮ ਤੌਰ 'ਤੇ ਪ੍ਰੋਸਟੈਟਿਕ ਹਾਈਪਰੋਟ੍ਰੋਫੀ ਕਾਰਨ ਹੁੰਦਾ ਹੈ ਅਤੇ ਔਰਤਾਂ ਵਿੱਚ ਇਹ ਮੋਟਾਪੇ ਅਤੇ ਪੇਡੂ ਅੰਗਾਂ ਦੇ ਫੈਲਣ ਨਾਲ ਹੁੰਦਾ ਹੈ। ਸਰੀਰਕ ਅੰਗ ਦੇ ਕੰਮਕਾਜ ਦੇ ਵਿੱਚ ਦਿੱਕਤ ਜਿਵੇਂ ਕਿ ਓਵਰ ਐਕਟਿਵ ਬਲੈਡਰ ਸਿੰਡਰੋਮ, ਸਿਸਟਾਈਸਿਸ ਯਾਨੀ ਕਿ ਬਲੈਡਰ ਦੇ ਵਿੱਚ ਸੋਜ਼ਿਸ਼ ਅਤੇ ਇਨਫੈਕਸ਼ਨ। ਜਿੱਥੋਂ ਤੱਕ ਪੋਲੀਯੂਰੀਆ ਦਾ ਸਵਾਲ ਹੈ, ਆਮ ਤੌਰ 'ਤੇ ਐਂਟੀਡਿਊਰੇਟਿਕ ਹਾਰਮੋਨ ਦੀ ਕਿਰਿਆ ਕਾਰਨ ਰਾਤ ਨੂੰ ਪਿਸ਼ਾਬ ਘੱਟ ਮਾਤਰਾ ਵਿੱਚ ਬਣਦਾ ਹੈ, ਪਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਰਾਤ ਨੂੰ ਇਸ ਪਦਾਰਥ ਦੇ ਵਿੱਚ ਕਮੀ ਆ ਜਾਂਦੀ ਹੈ। ਇਹ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਹਾਲਾਂਕਿ ਵੱਖ-ਵੱਖ ਬਿਮਾਰੀਆਂ ਵੀ ਇਸ ਸਮੱਸਿਆ ਨੂੰ ਵਧਾ ਸਕਦੀਆਂ ਨੇ, ਜਿਵੇਂ ਕਿ ਡਾਇਬਟੀਜ਼, ਨਾੜੀਆਂ ਦੇ ਕੰਮਕਾਜ ਦੇ ਵਿੱਚ ਦਿੱਕਤ ਆਉਣਾ ਜਾਂ ਫਿਰ ਹਾਰਟ ਫੇਲ ਹੋਣਾ, ਅਤੇ ਹਾਈ ਬਲੱਡ ਪ੍ਰੈਸ਼ਰ ਵੀ ਇਸ ਵਿੱਚ ਸ਼ਾਮਲ ਨੇ। ਇਸ ਦੇ ਨਾਲ ਹੀ ਸ਼ਾਮ ਨੂੰ ਵੱਧ ਤਰਲ ਪਦਾਰਥ ਯਾਨੀ ਕਿ ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਅਤੇ ਕੈਫੀਨ ਦਾ ਸੇਵਨ, ਸ਼ਰਾਬ ਜਾਂ ਤੰਬਾਕੂ ਵਰਗੀਆਂ ਚੀਜ਼ਾਂ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਇਹਨਾਂ ਕਾਰਨਾਂ ਤੋਂ ਇਲਾਵਾ ਕੁਝ ਅਜਿਹੀਆਂ ਦਵਾਈਆਂ ਵੀ ਨੇ ਜਿਨ੍ਹਾਂ ਦੇ ਮਾੜੇ ਪ੍ਰਭਾਵ ਕਾਰਨ ਵਾਰ-ਵਾਰ ਪਿਸ਼ਾਬ ਦੀ ਦਿੱਕਤ ਆ ਸਕਦੀ ਹੈ ਅਤੇ ਬਲੈਡਰ ਦੇ ਕੰਮਕਾਜ 'ਤੇ ਅਸਰ ਪੈਂਦਾ ਹੈ। ਹੁਣ ਗੱਲ ਉਹਨਾਂ ਕਾਰਨਾਂ ਦੀ ਜੋ ਆਮ ਨੇ। ਡਾਇਯੂਰੇਟਿਕਸ, ਇਹ ਸਰੀਰ ਵਿੱਚੋਂ ਵਾਧੂ ਤਰਲ ਨੂੰ ਬਾਹਰ ਕੱਢਣ ਅਤੇ ਬਲੱਡ ਪ੍ਰੈਸ਼ਰ ਨੂੰ ਘਟਾਉਣ ਲਈ ਵਰਤਿਆ ਜਾਂਦਾ ਹੈ। ਐਂਟੀ ਕੋਲੀਨਰਜਿਕਸ, ਇਹ ਅਕਸਰ ਓਵਰ ਐਕਟਿਵ ਬਲੈਡਰ ਸਿੰਡਰੋਮ ਦੇ ਇਲਾਜ ਲਈ ਵਰਤੇ ਜਾਂਦੇ ਨੇ। ਉਹ ਨਸਾਂ ਦੇ ਸੰਕੇਤਾਂ ਵਿੱਚ ਦਖਲ ਦੇ ਸਕਦੇ ਨੇ ਜੋ ਇਸ ਅੰਗ ਨੂੰ ਕੰਟਰੋਲ ਕਰਦੇ ਨੇ ਅਤੇ ਵਾਰ-ਵਾਰ ਪਿਸ਼ਾਬ ਆਉਣ ਦੀ ਦਿੱਕਤ 'ਚ ਵਾਧਾ ਵੀ ਕਰ ਸਕਦੇ ਨੇ, ਜਿਸ ਵਿੱਚ ਨੋਕਟੂਰੀਆ ਵੀ ਸ਼ਾਮਲ ਹੈ। ਹਾਈ ਬਲੱਡ ਪ੍ਰੈਸ਼ਰ ਲਈ ਵਰਤੀਆਂ ਜਾਂਦੀਆਂ ਦਵਾਈਆਂ ਜਿਵੇਂ ਕਿ ਕੈਲਸ਼ੀਅਮ ਚੈਨਲ ਬਲੌਕਰ ਅਤੇ ਐਂਜੀਓਟੈਂਸਿਨ ਕਨਵਰਟਿੰਗ ਐਨਜ਼ਾਈਮ ਇਨਹਿਬਿਟਰਸ। ਇਸ ਤੋਂ ਇਲਾਵਾ ਕੁਝ ਐਂਟੀ ਡਿਪਰੈਸੈਂਟਸ ਜਿਵੇਂ ਕਿ 94 ਸੋਰੋਟੋਨਿਨ ਰੇਪਟੇਕ ਜੋ ਐਂਟੀਡਿਊਰੇਟਿਕ ਹਾਰਮੋਨ ਦੀ ਕਿਰਿਆ ਨੂੰ ਰੋਕਦੇ ਨੇ। ਇਸ ਵਿੱਚ ਲਿਥੀਅਮ ਵੀ ਸ਼ਾਮਲ ਹੈ, ਬਾਈਪੋਲਰ ਡਿਸਆਰਡਰ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ। ਹੁਣ ਇਹ ਜਾਣ ਲੈਣਾ ਵੀ ਅਹਿਮ ਹੈ ਕਿ ਇਹ ਦਵਾਈਆਂ ਲੈਣ ਵਾਲੇ ਹਰੇਕ ਵਿਅਕਤੀ ਨੂੰ ਮਾੜੇ ਪ੍ਰਭਾਵ ਜਾਂ ਪਿਸ਼ਾਬ ਦੀ ਦਿੱਕਤ ਆਵੇ, ਅਜਿਹਾ ਜ਼ਰੂਰੀ ਨਹੀਂ ਹੈ। ਜੇ ਕਿਸੇ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਿਸੇ ਵੀ ਦਵਾਈ ਦੇ ਨਾਲ ਕੋਈ ਸਮੱਸਿਆ ਆ ਰਹੀ ਹੈ ਤਾਂ ਉਹਨਾਂ ਨੂੰ ਤੁਰੰਤ ਆਪਣੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਅਤੇ ਦੱਸੇ ਮੁਤਾਬਕ ਇਲਾਜ ਜਾਣ ਕੇ ਹੱਲ ਵੀ ਕਰਨਾ ਚਾਹੀਦਾ। ਹੁਣ ਗੱਲ ਇਸ ਦਿੱਕਤ ਦੇ ਨਾਲ ਨਜਿੱਠਣ ਲਈ 5 ਸੁਝਾਅ ਜਾਂ ਉਪਾਵਾਂ ਦੀ। ਸਭ ਤੋਂ ਪਹਿਲਾਂ ਜੀਵਨ ਸ਼ੈਲੀ ਵਿੱਚ ਤਬਦੀਲੀਆਂ। ਜੀ ਹਾਂ, ਸੌਣ ਤੋਂ 4 ਜਾਂ 6 ਘੰਟੇ ਪਹਿਲਾਂ ਤਰਲ ਪਦਾਰਥਾਂ ਦਾ ਸੇਵਨ ਘਟਾ ਲੈਣਾ ਚਾਹੀਦਾ ਹੈ। ਸ਼ਾਮ ਨੂੰ ਅਲਕੋਹਲ ਅਤੇ ਕੈਫੀਨ ਤੋਂ ਬਚਣਾ ਚਾਹੀਦਾ ਹੈ। ਸਿਗਰਟ ਨੋਸ਼ੀ ਛੱਡ ਦੇਣੀ ਚਾਹੀਦੀ ਹੈ ਅਤੇ ਭਾਰ ਜ਼ਿਆਦਾ ਹੋਣ 'ਤੇ ਭਾਰ ਵੀ ਘਟਾ ਲੈਣਾ ਚਾਹੀਦਾ ਹੈ। ਸੌਣ ਤੋਂ ਪਹਿਲਾਂ ਪਿਸ਼ਾਬ ਕਰਨ ਅਤੇ ਪੈਲਵਿਕ ਫਲੋਰ ਦੀ ਕਸਰਤ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਅਤੇ ਜੇ ਤੁਸੀਂ ਲੱਤਾਂ ਵਿੱਚ ਪਾਣੀ ਜਾਂ ਫਿਰ ਤਰਲ ਪਦਾਰਥ ਭਰਨ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਰਾਤ ਨੂੰ ਸੌਣ ਤੋਂ ਕੁਝ ਘੰਟੇ ਪਹਿਲਾਂ ਪੈਰਾਂ ਨੂੰ ਉੱਚਾ ਚੱਕਣ ਦੀ ਸਲਾਹ ਦਿੱਤੀ ਜਾਂਦੀ ਹੈ। ਦੂਜੇ ਉਪਾਅ ਦੀ ਗੱਲ ਕਰਦੇ ਹਾਂ, ਜੇ ਇਹ ਕਿਸੇ ਬਿਮਾਰੀ ਦੇ ਕਾਰਨ ਹੈ। ਜੇ ਨੋਕਟੂਰੀਆ ਕਿਸੇ ਬਿਮਾਰੀ ਦੇ ਕਾਰਨ ਹੁੰਦਾ ਹੈ ਜਿਵੇਂ ਕਿ ਸ਼ੂਗਰ ਜਾਂ ਦਿਲ ਦੀ ਬਿਮਾਰੀ, ਤਾਂ ਇਸਦਾ ਸਹੀ ਢੰਗ ਨਾਲ ਇਲਾਜ ਕਰਨ ਨਾਲ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਡਾਕਟਰ ਵੱਲੋਂ ਦਿੱਤੀ ਗਈ ਸਲਾਹ 'ਤੇ ਹੀ ਅਮਲ ਕਰਨਾ ਚਾਹੀਦਾ ਹੈ। ਤੀਸਰੇ ਸੁਝਾਅ ਦੀ ਗੱਲ ਕਰਦੇ ਹਾਂ, ਇਲਾਜ ਦੇ ਰੂਟੀਨ ਦੇ ਵਿੱਚ ਬਦਲਾਅ। ਜੇ ਤੁਹਾਡਾ ਪਿਸ਼ਾਬ ਨਾਲ ਜੁੜਿਆ ਕੋਈ ਇਲਾਜ ਚੱਲ ਰਿਹਾ ਤਾਂ ਤੁਸੀਂ ਡਾਕਟਰ ਦੀ ਸਲਾਹ ਦੇ ਨਾਲ ਆਪਣੀ ਦਵਾਈ ਦੇ ਰੂਟੀਨ ਦੇ ਵਿੱਚ ਬਦਲਾਅ ਕਰਕੇ ਵੀ ਦੇਖ ਸਕਦੇ ਹੋ। ਸੁਝਾਅ ਨੰਬਰ 4, ਪੈਲਵਿਕ ਫਲੋਰ ਟ੍ਰੀਟਮੈਂਟ। ਕਿਸੇ ਥੈਰੇਪਿਸਟ ਦੀ ਮਦਦ ਦੇ ਨਾਲ ਪੈਲਵਿਕ ਫਲੋਰ ਦਾ ਇਲਾਜ ਅਤੇ ਬਲੈਡਰ ਸੰਬੰਧੀ ਸਿਖਲਾਈ ਲੈ ਕੇ ਤੁਸੀਂ ਪਿਸ਼ਾਬ ਕੰਟਰੋਲ ਕਰਨ ਦੇ ਵਿੱਚ ਮਦਦ ਲੈ ਸਕਦੇ ਹੋ। ਸਭ ਤੋਂ ਜ਼ਰੂਰੀ ਸੁਝਾਅ, ਡਾਕਟਰੀ ਇਲਾਜ। ਕਈ ਵਾਰ ਵਿਅਕਤੀਗਤ ਮੁਲਾਂਕਣ ਤੋਂ ਬਾਅਦ ਡਾਕਟਰ ਰਾਤ ਦੇ ਪੋਲੀਯੂਰੀਆ ਦੇ ਇਲਾਜ ਲਈ ਦਵਾਈਆਂ ਲਿਖ ਸਕਦੇ ਨੇ
ਅਜਿਹੀਆਂ ਦਵਾਈਆਂ ਦੁਪਹਿਰ ਲਈ ਵੀ ਦਿੱਤੀਆਂ ਜਾਂਦੀਆਂ ਨੇ ਜੋ ਸਰੀਰ ਵਿੱਚ ਇੱਕ ਖਾਸ ਹਾਰਮੋਨ ਨੂੰ ਵਧਾਉਂਦੀਆਂ ਨੇ ਅਤੇ ਇਸ ਸਮੱਸਿਆ ਤੋਂ ਰਾਹਤ ਮਿਲ ਜਾਂਦੀ ਹੈ। ਬਜ਼ੁਰਗ ਲੋਕਾਂ ਵਿੱਚ ਨੋਕਟੂਰੀਆ ਬਹੁਤ ਆਮ ਹੁੰਦਾ ਹੈ ਜੋ ਨੀਂਦ, ਆਰਾਮ ਅਤੇ ਜ਼ਿੰਦਗੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਨਾ ਬੰਦ ਨਹੀਂ ਕਰਦਾ। ਅਜਿਹੇ ਵਿੱਚ ਸਭ ਤੋਂ ਚੰਗਾ ਇਹੀ ਹੁੰਦਾ ਹੈ ਕਿ ਤੁਸੀਂ ਡਾਕਟਰ ਦੀ ਸਲਾਹ ਲਓ ਤਾਂ ਜੋ ਡਾਕਟਰ ਤੁਹਾਡੀਆਂ ਸਾਰੀਆਂ ਆਦਤਾਂ, ਦਿੱਕਤਾਂ ਨੂੰ ਸਮਝ ਕੇ ਤੁਹਾਨੂੰ ਸਹੀ ਸਲਾਹ ਦੇ ਸਕਣ।